ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਚੈਨ ਸਿੰਘ ਦੁਬਈ ਦੀ ਫਤਿਹ ਪ੍ਰਵਾਨ ਕਰੋ ਜੀ। ਸੋ ਆਪ ਦੇ ਨਾਲ ਇੱਕ ਕਾਬਲੇ ਗੌਰ ਕਿਰਪਾ ਤੇ ਝਾਤ ਪਾਉਣ ਜਾ ਰਹੇ ਹਾਂ। ਸੋ ਇਹ ਕਿਰਪਾ ਡਾਕਟਰ ਹਰਪ੍ਰੀਤ ਕੌਰ ਖਰਾਣਾ, ਜੋ ਕਿ ਸਿੱਖ ਸਿਵਲੀਗੜ੍ਹ ਭਰਾਵਾਂ ਵਾਸਤੇ ਇੱਕ ਮਸੀਹਾ ਬਣ ਕੇ ਕੰਮ ਕਰ ਰਹੀ ਹੈ, ਸਾਡੀ ਭੈਣ, ਅਤੇ ਉਹਨਾਂ ਨੇ ਸਿੱਖ ਸਿਵਲੀਗੜ੍ਹ ਭਰਾਵਾਂ 'ਤੇ PhD ਕੀਤੀ ਹੈ। ਸੋ ਆਪਦੇ ਲਈ ਤਾਂ ਹਰ ਇੱਕ ਮਨੁੱਖ ਕੰਮ ਕਾਜ ਕਰਦਾ ਹੈ, ਸੋ ਕਿਸੇ ਲਈ ਸਮਾਂ ਕੱਢਣਾ ਬਹੁਤ ਹੀ ਔਖੀ ਗੱਲ ਹੈ। ਸੋ ਧੰਨਵਾਦ ਉਹਨਾਂ ਭੈਣਾਂ ਦਾ ਜੋ ਸਾਡੇ ਪੰਜਾਬ ਦੀਆਂ ਸੋਹਣੀਆਂ ਧੀਆਂ ਸੋਹਣੇ ਕਾਰਜ ਕਰ ਰਹੀਆਂ ਹਨ। ਉਹਨਾਂ ਦੇ ਉੱਪਰ ਇੱਕ ਵੀਰ ਦਲਜੀਤ ਸਿੰਘ ਜਿਉਣ ਵਾਲਾ ਨੇ ਕੁਛ ਸ਼ਬਦ ਲਿਖੇ ਹਨ, ਸੋ ਮੈਂ ਆਪ ਜੀ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹਾਂ। ਸੋ ਇਸ ਕਿਰਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਉਸ ਭੈਣ ਦਾ ਨਾਮ ਦੁਨੀਆਂ 'ਤੇ ਚਮਕ ਸਕੇ। ਲਓ ਜੀ ਸਰਵਨ ਕਰੋ। ਪੜ੍ਹਾਈਆਂ ਪੜ੍ਹਦੇ ਮੈਂ ਬਥੇਰੇ ਵੇਖੇ, ਧਰਤੀ ਤੋਂ ਆਸਮਾਂ ਤੱਕ ਦੇ ਜੇਰੇ ਵੇਖੇ, ਸਿੱਖ ਸਿਵਲੀਗੜ੍ਹ ਤੇ PhD ਕਰਕੇ, ਨਾ ਪੁੰਨ ਕਿਸੇ ਨੇ ਹੋਰ ਕਮਾਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਹਰਪ੍ਰੀਤ ਕੌਰ ਖੁਰਾਣਾ ਏ, ਸਿੱਖ ਇਤਿਹਾਸ ਚੋਂ ਲਹੂ ਗਲਦੇ ਰਹੇ, ਅਸੀਂ ਸਿੱਖ ਸਿਵਲੀਗੜ੍ਹ ਨੂੰ ਭੁੱਲਦੇ ਰਹੇ, ਗੁਰੂਆਂ ਲਈ ਹਥਿਆਰ ਕੁਰਬਾਨੀਆਂ ਦੱਸ, ਜਿਸ ਨੇ ਸਰਕਾਰਾਂ ਨੂੰ ਜਗਾਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਡਾਕਟਰ ਹਰਪ੍ਰੀਤ ਕੌਰ ਖਰਾਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਹਰਪ੍ਰੀਤ ਕੌਰ ਖਰਾਣਾ ਏ, ਅੱਲੇ ਜ਼ਖਮ ਕੌਮ ਦੇ ਆਪਣੇ ਹੱਥੀ ਸੀਤੇ, ਮਾਣ ਬੜਾ ਸਿੱਖ ਕੌਮ ਨੂੰ ਇਸ ਧੀ ਤੇ, ਦਲਜੀਤ ਜਿਉਂਦੀ ਰਹੇ ਜਿਸ ਨੇ ਸਿਵਲੀਗੜ੍ਹ ਕੌਮ ਨੂੰ ਦੁਨੀਆਂ ਤੇ ਚਮਕਾਉਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਹਰਪ੍ਰੀਤ ਕੌਰ ਖਰਾਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਡਾਕਟਰ ਹਰਪ੍ਰੀਤ ਕੌਰ ਖਰਾਣਾ ਏ। ਚੰਗੇ ਕੰਮ ਕਰੂ ਜੋ ਜਮਾਨੇ ਚ, ਸਿੱਖ ਚੈਨ ਸਿੰਘ ਗਾਈ ਜਾਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਹਰਪ੍ਰੀਤ ਕੌਰ ਖਰਾਣਾ ਏ, ਸਿੱਖ ਸਿਵਲੀਗੜ੍ਹ ਦੇ ਹੱਕਾਂ ਲਈ ਉੱਠੀ ਪਹਿਲੀ ਆਵਾਜ਼ ਹਰਪ੍ਰੀਤ ਕੌਰ ਖਰਾਣਾ ਏ, ਡਾਕਟਰ ਹਰਪ੍ਰੀਤ ਕੌਰ ਖਰਾਣਾ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।